ਚੱਲ ਬਾਈ ਚੱਲ ਜਵਾਨਾ ਚੱਲ ਤੇਰੀ ਡਿਗਦੀ ਵੀਡੀਓ ਬਣਾਈਏ ਚੱਲ 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 ਮੈਨੂੰ ਐਂ ਲੱਗਦਾ ਬਲਦੇਵ ਇਹਦੇ ਨਾਲੋਂ ਬੂਟ ਭਿਉਂਤੇ ਚੰਗੇ ਆ ਪਰ ਉਵੇਂ ਸਿੱਧੇ ਟੱਪ ਜਾ ਕੌਣ ਯਾਰ ਪਰ ਦੂਜੇ ਬੂਟ ਪਾ ਲਾਂਗੇ ਆਪਾਂ ਲਾ ਲੈਂਦੇ ਆਪਾਂ ਰੱਖ ਹੀ ਜਾਂਦੇ ਬਾਈ ਅੱਗੇ ਆਪਾਂ ਅੱਗੇ ਵੀ ਪਾਣੀ ਹੋਊਗਾ ਅੱਗੇ ਹੋਣਾ ਨੀ ਫਿਰ ਲਾ ਕੇ ਪਾ ਚੱਕ ਲੈਣੇ ਫਿਰ ਕਿੱਡੀ ਗੱਲ ਆ ਲਾ 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 ਬਸ ਠੀਕ ਆ ਬਾਈ ਜੀ ਪਹਿਲਾਂ ਤੁਹਾਡਾ ਸਵਾਗਤ ਤੇ ਧੰਨਵਾਦ ਤੁਹਾਡਾ ਮਾਰੇ ਪਾਦ ਕੇ ਇਲਾਕਾ ਜਿਹੜਾ ਹਜੇ ਤੱਕ ਛੁਪਿਆ ਹੋਇਆ ਤੁਸੀਂ ਉੱਥੇ ਆਏ ਬਾਈ ਸਾਡਾ ਇਲਾਕਾ ਨੰਗਲ ਡੈਮ ਪਿੰਡ ਬੇਲਾ ਰਾਮਗੜ੍ਹ ਤੇ ਹੈ ਆਪਾਂ ਪੁਆਧ ਦੇ ਇਲਾਕੇ ਦੇ ਜੀ ਬਾਈ ਤੇ ਬਾਈ ਸਾਨੂੰ ਕੋਈ ਮੰਨਦਾ ਨਹੀਂ ਹੈ ਕਿ ਅਸੀਂ ਪੁਆਧੀ ਹਾਂ ਤੇ ਹੁਣ ਆਪਾਂ ਤੁਹਾਨੂੰ ਤਾਂ ਹੀ ਬੁਲਾਇਆ ਕਿ ਦੱਸੋ ਬਾਈ ਲੋਕਾਂ ਨੂੰ ਕਿ ਸਾਡਾ ਵੀ ਇਲਾਕਾ ਹੈਗਾ ਤੇ ਬਾਹਲਾ ਸੋਹਣਾ ਇਲਾਕਾ ਬਾਈ ਬਾਕੀ ਤੁਹਾਨੂੰ ਦਿਖਾਉਣਗੇ ਬਾਈ ਹੋਣੀ ਅੱਗੇ ਸਾਡਾ ਪਿੰਡ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਆਪਾਂ ਖੜੇ ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ ਜ਼ਿਲ੍ਹਾ ਹੈਗਾ ਇਹ ਰੋਪੜ ਤੇ ਤਹਿਸੀਲ ਹੈਗੀ ਆ ਨੰਗਲ ਤੇ ਕੀ ਬਾਈ ਹਾਂਜੀ ਹਾਂਜੀ ਭਾਜੀ ਹੁਣੀ ਬੂਟ ਪਾਈ ਜਾਂਦੇ ਆ ਗੱਲਬਾਤ ਇਹ ਆ ਵੀ ਜਿਹੜਾ ਇਹ ਇਲਾਕਾ ਇਹ ਇੱਥੋਂ ਹਿਮਾਚਲ ਸ਼ੁਰੂ ਹੋ ਜਾਂਦਾ 3 ਕਿਲੋਮੀਟਰ ਤੇ ਹਿਮਾਚਲ ਦੀ ਹੱਦ ਸ਼ੁਰੂ ਹੋ ਜਾਂਦੀ ਆ ਸਤਲੁਜ ਦਰਿਆ ਦਾ ਇਲਾਕਾ ਹੈ ਜਿੱਥੇ ਆਪਾਂ ਖੜੇ ਹਾਂ ਆਹ ਜਿਹੜਾ ਥਾਂ ਪਿੱਛੇ ਪੱਥਰ ਆ ਪਾਣੀ ਹੈ ਸਤਲੁਜ ਦਰਿਆ ਸਾਰਾ ਕੁਛ ਆ ਗੋਬਿੰਦ ਸਾਗਰ ਝੀਲ ਪਿੱਛੇ ਆ ਗੋਬਿੰਦ ਸਾਗਰ ਝੀਲ ਅੱਗੇ ਭਾਖੜਾ ਡੈਮ ਭਾਖੜਾ ਡੈਮ ਤੋਂ ਆ ਕੇ ਨੰਗਲ 'ਤੇ ਆ ਕੇ ਜਿਹੜਾ ਸਤਲੁਜ ਦਾ ਪਾਣੀ ਆ ਉਹ ਸੰਭਾਲਿਆ ਮਤਲਬ ਕਿ ਉਹਦੇ 'ਚੋਂ 3 ਨਿੱਕੀਆਂ ਨਿੱਕੀਆਂ ਨਹਿਰਾਂ ਨਿਕਲਦੀਆਂ ਨੇ ਦੋ ਨੇ ਕਿ ਬਾਬਾ ਜੀ 3 ਨਹਿਰਾਂ ਤੀਜਾ ਦਰਿਆ ਹਾਂ ਉਹ ਦੋ ਨਹਿਰਾਂ ਅੱਡਾ ਜਿਹੜੀਆਂ ਉਹ ਨੰਗਲ ਤੋਂ ਜਾਂਦੀਆਂ ਜਿਹੜੀਆਂ ਨੀਲੀਆਂ ਨਹਿਰਾਂ ਕਹਿ ਦਿੰਦੇ ਆਪਾਂ ਨੀਲਾ ਪਾਣੀ ਵਗਦਾ ਉਹ ਦੋ ਨਹਿਰਾਂ ਨੇ ਅਤੇ ਆ 3 ਨਿੱਕੇ ਨਿੱਕੇ ਇਹ ਹੈ ਸਤਲੁਜ ਦਰਿਆ ਹੀ ਆ 3 ਫਾਟਾਂ ਨੇ ਦਰਿਆ ਦੀਆਂ ਆ ਜਾਓ ਤੁਰੇ ਆਓ ਇਹ ਅੱਗੇ ਜਾ ਕੇ ਰੋਪੜ ਕੋਲੇ ਜਾ ਕੇ ਉਹ ਨਹਿਰਾਂ ਅਤੇ ਇਹ ਦਰਿਆ ਇਕੱਠੇ ਹੋ ਜਾਂਦੇ ਆ ਬੜਾ ਸ਼ਾਨਦਾਰ ਸੋਹਣਾ ਮਾਹੌਲ ਆ ਇੱਥੋਂ ਦਾ ਬੱਦਲ ਹੈ ਅਤੇ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਹਾਂ ਆ ਵੀਰ ਹੋਣਾ ਨਾਲ ਇੱਥੇ ਬਹਿ ਕੇ ਪਾਲਾ ਦੇਵ ਬੈਠ ਲਓ ਗੱਲਬਾਤ ਇਹ ਆ ਵੀ ਜਿਹੜਾ ਇਹ ਦਰਿਆ ਦੀ ਧਰਤੀ ਆ ਸਾਰੀ ਇਹ ਇੱਥੇ ਦਰਿਆ ਦੀ ਧਰਤੀ ਹੋਣੇ ਕਰਕੇ ਜਦੋਂ ਆਹ 3 ਫਾਟਾਂ ਜਿਹੜੀਆਂ ਆਉਂਦੀਆਂ ਸਤਲੁਜ ਦੀਆਂ ਇਹ ਪਾਣੀ ਚੜ੍ਹੇ ਰਹਿੰਦਾ ਜਿਹੜੀ ਥਾਂ 'ਤੇ ਆਪਾਂ ਹੁਣ ਬੈਠੇ ਹਾਂ ਇਹ ਵੀਰ ਹੋਣਾ ਨੇ ਦੱਸਿਆ ਕਹਿੰਦੇ ਵੀ ਕੱਲ੍ਹ ਪਰਸੋਂ ਇੱਥੇ ਪਾਣੀ ਸੀ ਅਤੇ ਪਾਣੀ ਹੁਣ ਇੱਥੋਂ ਮੁੜ ਗਿਆ ਕਦੇ ਪਾਣੀ ਚੜ੍ਹ ਜਾਂਦਾ ਅਤੇ ਪਾਣੀ ਚੜ੍ਹੇ ਰਹਿੰਦਾ ਜ਼ਿਆਦਾਤਰ ਇੱਥੇ ਪਰ ਕੋਈ ਸੇਮ ਦੀ ਸਮੱਸਿਆ ਨਹੀਂ ਆਉਂਦੀ ਜਿਹੜਾ ਇਹ ਖੇਤਾਂ ਨੂੰ ਪਾਣੀ ਲਾਉਂਦੇ ਆ ਪਾਣੀ ਇੱਥੇ ਉੱਤੇ ਆ 9-10 ਫੁੱਟ 'ਤੇ ਆ ਅਤੇ ਪੱਖੇ ਧਰੇ ਆ ਅਤੇ ਪਾਣੀ ਉਹ ਪੈਲੀਆਂ ਨੂੰ ਲਾਈ ਜਾਂਦੇ ਆ ਫਸਲ ਹੁੰਦੀ ਹੈ ਇੱਥੇ ਉਹੀ ਆਪਣਾ ਝੋਨਾ ਕਣਕ ਅਤੇ ਤੀਜੀ ਫਸਲ ਜਿਹੜੀ ਮੁੱਖ ਇੱਥੋਂ ਦੀ ਆ ਉਹ ਹੈਗੀ ਆ ਮੱਕੀ ਇੱਥੇ ਜੰਗਲੀ ਜਾਨਵਰ ਜਿਹੜੇ ਜਿਵੇਂ ਸੂਰ ਰੱਖ ਲਓ 12 ਸਿੰਘਾਂ ਜਾਂ ਹੋਰ ਜਿਹੜੇ ਜਾਨਵਰ ਨਿੱਕੇ ਮੋਟੇ ਹੈਗੇ ਆ ਉਹ ਇੱਥੇ ਨੁਕਸਾਨ ਕਰਦੇ ਰਹਿੰਦੇ ਆ ਫਸਲਾਂ ਦਾ ਅਤੇ ਇਲਾਕਾ ਸ਼ਾਨਦਾਰਾਂ ਦੇ ਉੱਤੋਂ ਮੌਸਮ ਬੜਾ ਸੋਹਣਾ ਹੋ ਗਿਆ ਹੁਣ ਆਹ ਨਿੱਕੀ ਜਿਹੀ ਇੱਕ ਸੀਗਾ ਲਾਂਘਾ ਜਿਹਾ ਪਾਣੀ ਸੀ ਉਹ ਟੱਪ ਆਏ ਹੁਣ ਜੋੜੇ ਪਾ ਕੇ ਅਤੇ ਉਦੋਂ ਗਾਂਹ ਚੱਲਾਂਗੇ ਆਪਾਂ ਬੇਲੇ ਦੇ ਵਿੱਚ ਠੀਕ ਹੈ ਆ ਜਾਓ ਆ ਜਾਓ ਤੁਰੇ ਆਓ ਖੜੋ ਨਾ ਜਦੋਂ ਆਪਾਂ ਨੌਰਥ ਈਸਟ ਵਿੱਚ ਗਏ ਸੀ ਤਾਂ ਆਸਾਮ ਦੇ ਜ਼ਿਲ੍ਹਾ ਜੌਹਰਟ ਜ਼ਿਲ੍ਹਾ ਸੀ ਨਾ ਤੇ ਬਾਈ ਉੱਥੇ ਨੇੜੇ ਇੱਕ ਮਜੌਲੀ ਟਾਪੂ 'ਤੇ ਗਏ ਸੀ ਆਪਾਂ ਮਜੌਲੀ ਆਈਲੈਂਡ ਬ੍ਰਹਮਪੁੱਤਰ ਦਰਿਆ ਦੇ ਵਿੱਚ ਸੀਗਾ ਉਹ ਬ੍ਰਹਮਪੁੱਤਰ ਉਹਨੂੰ ਮਤਲਬ ਕਿ ਉਹ ਜਿਹੜਾ ਟਾਪੂ ਸੀ ਉਹਨੂੰ ਸਾਰੇ ਪਾਸਿਓਂ ਪਾਣੀ ਨੇ ਘੇਰਿਆ ਹੋਇਆ ਸੀ ਉਸ ਮਜੌਲੀ ਜਿਹੜਾ ਉਹ ਸੀਗਾ ਸਾਰਾ ਮਾਹੌਲ ਉੱਥੋਂ ਦਾ ਪਿੰਡ ਸ਼ਹਿਰ ਜਿਹੜਾ ਕੁਛ ਸੀਗਾ ਉਸੇ ਤਰ੍ਹਾਂ ਜਿਹੜਾ ਇਹ ਇਲਾਕਾ ਇਹ ਪਿੰਡ ਆ ਜਿਹੜਾ ਵੀਰ ਨਾਂ ਦੱਸੋ ਬੇਲਾ ਰਾਮਗੜ੍ਹ ਇਹ ਪਿੰਡ ਵੀ ਸਤਲੁਜ ਦਾ ਇੱਕ ਨਿੱਕਾ ਜਿਹਾ ਟਾਪੂ ਕਹਿ ਸਕਦੇ ਹਾਂ ਕਿਉਂਕਿ ਜਿਹੜੀਆਂ ਇਹਦੀਆਂ 3 ਦਰਿਆ ਦੀਆਂ ਫਾਟਾਂ ਨੇ 2 ਇੱਕ ਪਾਸੇ ਆ ਅਤੇ ਇੱਕ ਦੂਜੇ ਪਾਸੇ ਵਗਦੀ ਆ ਜਦੋਂ ਸਾਰੇ ਪਾਸੇ ਪਾਣੀ ਚੜ੍ਹ ਜਾਂਦਾ ਉਦੋਂ ਦਰਿਆ ਨੂੰ ਇਹ ਚੰਗੀ ਤਰ੍ਹਾਂ ਇਹਨੂੰ ਪਿੰਡ ਨੂੰ ਘੇਰ ਲੈਂਦੇ ਆ ਬਾਕੀ ਇਹ ਗੱਲ ਆ ਜਿਹੜਾ ਨੰਗਲ ਡੈਮ ਤੋਂ ਜਿਹੜਾ ਪਾਣੀ ਛੱਡਿਆ ਜਾਂਦਾ ਉਹ ਇੱਥੋਂ 10-11 ਕਿਲੋਮੀਟਰ ਦੀ ਦੂਰੀ 'ਤੇ ਆ ਜਦੋਂ ਕਹਿੰਦੇ ਵੀ ਜਦੋਂ ਪਾਣੀ ਛੱਡਣਾ ਹੁੰਦਾ ਇਹਨਾਂ ਪਿੰਡਾਂ ਦੇ ਵਿੱਚ ਪਹਿਲਾਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਅਨਾਊਂਸਮੈਂਟ ਕਰਾ ਜਾਂਦੇ ਆ ਵੀ ਭਾਈ ਹੁਣ ਪਾਣੀ ਛੱਡਾਂਗੇ ਅੱਜ ਤੋਂ ਤਗੜੇ ਰਹੋ 10-11 ਕਿਲੋਮੀਟਰ ਦੀ ਬਾਟ ਆ ਬਾਕੀ ਉਤਰਾਈ ਵੀ ਆ ਥੋੜ੍ਹੀ ਜਿਹੀ ਇੱਧਰ ਨੂੰ ਤਾਂ ਕਰਕੇ ਪਾਣੀ ਇੱਥੇ ਦਵਾ ਕਹਿੰਦੇ ਤੜਕੇ ਨੂੰ ਸਾਰੇ ਪੈਲੀਆਂ ਖੇਤ ਘਰ ਭਰ ਜਾਂਦੇ ਆ ਪਾਣੀ ਫਿਰਦਾ ਜੀ ਤੁਸੀਂ ਦੇਖ ਲਓ ਪਿੱਛੇ ਆਹ ਜਗ੍ਹਾ ਤੇ ਸਾਰਾ ਪਰਸੋਂ ਪਾਣੀ ਸੀਗਾ ਤੁਸੀਂ ਦੇਖ ਲਓ ਪੂਰਾ ਨਿਸ਼ਾਨ ਬਣੇ ਹੋ ਪਰਸੋਂ ਇਹ ਸਾਰਾ ਪਾਣੀ ਚੱਲਦਾ ਸੀਗਾ ਇੱਥੇ ਆਹ ਥਾਂ ਤੇ ਫਿਰਦਾ ਸੀ ਪਾਣੀ ਪਾਣੀ ਸੀਗਾ ਜਿੱਥੇ ਹੁਣ ਫਿਰਦੇ ਪਏ ਆ ਠੀਕ ਆ ਬੰਦ ਹੋਇਆ ਹੁਣ ਜੇ ਉਹਨਾਂ ਨੇ ਅੱਜ ਛੱਡ ਦਿੱਤਾ ਤਾਂ ਕੱਲ੍ਹ ਉੱਥੇ ਫੇਰ ਭਰ ਜਾਣਾ ਹੈ ਠੀਕ ਆ ਫਿਰ ਆਪਾਂ ਲਾਂਘਾ ਇੱਦਾਂ ਨਹੀਂ ਕਰ ਸਕਦੇ ਤੁਹਾਨੂੰ ਲੱਖ ਪਾਣੀ ਤੱਕ ਚੜ੍ਹ ਕੇ ਆਉਣਾ ਸੀ ਉਦੋਂ ਤੁਸੀਂ ਅੱਜ ਥੋੜ੍ਹੇ ਜਿਹੇ ਲੇਟ ਹੋ ਗਏ ਜੇ ਤੁਸੀਂ ਪਰਸੋਂ ਆਉਂਦੇ ਨਾ ਤਾਂ ਤੁਹਾਨੂੰ ਪਾਣੀ ਦੇ ਵਿੱਚੋਂ ਉਤਾਰਨਾ ਸੀਗਾ ਇੰਨੇ ਨਾਲ ਪਾਣੀ ਲੱਖ ਆ
ਅਸਲ 'ਚ ਗੱਲ ਐਂ ਹੋਈ ਬਾਬਾ ਜੀ, ਜਦੋਂ ਤੁਹਾਡੇ ਪਿੰਡ ਪਹੁੰਚੇ ਨਾ, ਹੁਣ ਕਣੀਆਂ ਆਈਆਂ ਵੀਰੇ ਛਤਰੀ ਇੱਕ ਆਪਣੇ ਕੋਲੇ, ਕੋਈ ਗੱਲ ਨਹੀਂ, ਉਦੋਂ ਗਰਮੀ ਸੀ ਤੇ ਹੁਣ ਠੰਡ ਵੀ ਹੋ ਗਈ। ਹਾਂ ਬਾਈ, ਤੁਹਾਡੇ ਆਣੇ ਨਾਲ ਹੀ ਠੰਡ। ਆਹ ਮੱਕੀ ਆ ਬਾਬਾ ਜੀ ਇਧਰ, ਮੱਕੀ ਆਈ। ਹਾਂਜੀ, ਤੁਹਾਨੂੰ ਦਿਖਾਵਾਂ ਵੀ ਅੱਗੇ ਤਸੱਲੀ ਨਾਲ। ਚੱਲ ਬਾਈ ਬਾਈ, ਤੁਹਾਡੇ ਕੋਲ ਟੈਲੀਫੋਨ ਤਾਂ ਕੋਈ ਉੜਦੀ ਜੇ ਓਏ, ਬਣਦਾ ਪੈਰਾਸ਼ੂਟ। ਬੇਲਾ ਚਾਓ, ਬੇਲਾ ਚਾਓ। ਇਹ ਵੀਰ ਹੁਣਾਂ ਨੇ ਦੱਸਿਆ, ਕਹਿੰਦੇ ਵੀ ਜਿਹੜੀ ਆਹ ਜਿੰਨੀ ਵੀ ਪੈਲੀ ਆ, ਇਹ ਕਿਸੇ ਬੰਦੇ ਦੇ ਨਾਮ ਨਹੀਂ ਹੈਗੀ, ਇਹ ਸਾਰੀ ਦੀ ਸਾਰੀ ਪੈਲੀ ਦਰਿਆ ਸਤਲੁਜ ਦੀ ਆ, ਮਤਲਬ ਕਿ ਇਹ ਸਰਕਾਰ ਦੀ ਪੈਲੀ ਆ। ਅਤੇ ਇੱਥੇ ਆ ਜਿਹੜੇ ਆਹ ਨਿਸ਼ਾਨ ਹੈ, ਕੋਈ ਸੂਰ ਜਾਂ ਹੋਰ ਜਿਹੜੇ ਜਾਨਵਰ ਆ ਉਹ ਇੱਥੇ ਤੁਰੇ ਫਿਰਦੇ ਆ। ਇੱਧਰਲੇ ਪਾਸੇ ਆ ਉਹ ਕੈਮਰੇ ਦੇ ਵਿੱਚ ਜਿੱਥੋਂ ਤੱਕ ਨਿਗਾਹ ਪੈਂਦੀ ਆ, ਸ਼੍ਰੀ ਆ ਭਾਜੀ, ਸ਼੍ਰੀ ਆ ਨਾ, ਇਹ ਸ਼੍ਰੀ ਉਹੀ ਜਿਹੜਾ ਮੁੰਡਾ ਜੰਮੇ ਤੋਂ ਬੰਨਦੇ ਹੁੰਦੇ ਆ, ਇਹ ਉਹੀ ਆ ਬਾਈ। ਗੱਲ ਇਹ ਆ ਵੀ ਜਿਵੇਂ ਮਾਲਵੇ ਦੇ ਵਿੱਚ ਟਿੱਬਿਆਂ ਨੂੰ ਢਾਲ ਕੇ ਆਪਾਂ ਪੈਲੀਆਂ ਬਣਾਈਆਂ, ਉਸੇ ਤਰ੍ਹਾਂ ਇਹਨਾਂ ਨੇ ਜੰਗਲਾਂ ਨੂੰ ਵੱਢ ਕੇ ਪੈਲੀਆਂ ਬਣਾਈਆਂ। ਸਾਡੇ ਨਾਲ ਕੈਮਰੇ 'ਤੇ ਜੁੜ ਚੁੱਕੇ ਨੇ ਭਾਈ ਸਾਹਿਬ। ਚੱਲੀਏ ਵੀਰੇ, ਆਪਾਂ ਗਾਹਾਂ ਨੂੰ ਭਿੱਜੀ ਜਾਂਦੇ ਹਾਂ ਹੁਣ ਆਪਾਂ। ਅੱਛਾ ਚੱਲ ਭਰਾ, ਤੇਰੀ ਮੋਟਰ ਵੀ ਵੇਖ ਲਈਏ ਆਪਾਂ। ਇੱਧਰਲੇ ਪਾਸੇ ਸ੍ਰੀ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ, ਅਤੇ ਆਹ ਸਾਰਾ ਇਲਾਕਾ ਦੱਸਤਾ ਵੀ ਸਤਲੁਜ, ਅਤੇ ਇੱਧਰਲੇ ਪਾਸੇ ਨੰਗਲਾ, ਹਵਾ ਬਹੁਤ ਆਉਂਦੀ ਹੈ। ਇੱਥੇ ਪਾਣੀ ਉੱਚੇ ਹੋਣੇ ਕਰਕੇ ਕੋਈ ਪਾਣੀ ਦੀ ਬਾਹਲੀ ਤੰਗੀ ਨਹੀਂ। ਅਤੇ ਬਾਕੀ ਇਹ ਵੀਰ ਨੇ ਗੱਲ ਦੱਸੀ ਹੈ, ਕਹਿੰਦਾ ਵੀ ਇੱਥੇ ਘਰਾਂ 'ਚ ਵਾਟਰ ਫਿਲਟਰ ਵਰਤਣ ਦੀ ਲੋੜ ਨਹੀਂ ਪੈਂਦੀ, ਧਰਤੀ ਦਾ ਪਾਣੀ ਕੱਢੋ ਪੀਓ, ਨਹਾਓ ਕੱਪੜੇ ਤੋਂ, ਕੋਈ ਮਰਜ਼ੀ ਕਰੀ ਚੱਲੋ। ਆਹ ਮੋਟਰਾਂ ਨੇ ਉੱਤੇ ਹੀ ਪਿਆ ਸਾਰਾ ਸਮਾਨਾ। ਦਰਖਤ ਆ ਜਿਹੜੇ, ਜਿਵੇਂ ਆਹ ਬੂਟਾ, ਇਹਦਾ ਨਾਮ ਆ ਪਾਗਲ ਬੂਟਾ। ਪਾਗਲ ਬੂਟਾ ਕਹਿੰਦੇ ਸਿੱਧਾ ਜਾਂਦਾ ਇਹ। ਅਤੇ ਇੱਧਰ ਅਮਰੂਦ ਹੋ ਰਹੀ, ਕਣੀਆਂ ਵੱਧ ਗਈਆਂ, ਲੀੜੇ ਭਿੱਜੀ ਜਾਂਦੇ ਆ। ਅਤੇ ਬਾਈ ਹੁਣਾਂ ਦੀ ਇੱਥੇ ਖੜ੍ਹੀ ਟਰਾਲੀ, ਟਰਾਲੀ ਦੇ ਵਿੱਚ ਪਿਆ ਮੰਜਾ, ਤਰਪਾਲ ਉੱਤੇ ਲੱਗੀ ਹੈ, ਕਿਉਂਕਿ ਰਾਖੀ ਇਹਨਾਂ ਨੂੰ ਕਰਨੀ ਪੈਂਦੀ ਹੈ। ਰਾਖੀ ਵਾਸਤੇ ਇਹ ਚੱਤੋ ਪੈਰ ਆਪਦਾ ਖੇਤ ਰੱਖਦੇ ਆ, ਡੰਡਾ ਡੇਰਾ। ਠੀਕ ਆ ਬਾਈ, ਰੱਖਦੇ ਛਤਰੀ, ਹੁਣ ਤਾਂ ਮਾੜਾ ਮੋਟਾ ਰਹਿ ਗਿਆ। ਪਾਣੀ ਹੈ ਨਾ, ਤੁਹਾਨੂੰ ਲੱਗਦਾ ਵੀ ਇਹ ਕਿਤੇ ਇੱਥੇ ਪਈ ਪੂਈ ਜਾਂਦਾ, ਕਿੱਥੇ ਜਾ ਰਿਹਾ? ਇਹ ਜਿਹੜਾ ਪਾਣੀ ਆ ਨਾ, ਇਹ ਪ੍ਰੀਤ ਆ, ਛਤਰੀ ਛੱਡੋ ਤੇ ਹੁਣ ਜੋੜੇ ਲਾ ਲਓ, ਹੋ ਜਾਓ ਹੁਣ ਪ੍ਰੋਫੈਸ਼ਨਲ। ਸਤਲੁਜ ਦਰਿਆ ਦੇ ਫਿਰਦੇ, ਸਤਲੁਜ ਤਾਂ ਫਿਰ ਕਰੂ ਤੇਰੇ ਨਾਲ। ਲਿਆਓ ਮੈਂ ਫੜਾ ਛਤਰੀ। ਹਾਂ ਵੀ ਅਮਰਤ ਬਾਈ, ਕਿਵੇਂ ਲੱਗ ਰਿਹਾ ਸਾਡੇ ਇੱਥੇ? ਥੋੜਾ ਇਲਾਕਾ ਵਧੀਆ ਬਾਈ। ਗੱਲ ਇਹ ਆ ਵੀ ਇੱਕ ਇੱਥੇ ਸਵਾ ਨਦੀ ਆ, ਸਵਾ ਨਦੀ ਤਲਵਾੜੇ 'ਚੋਂ ਆਉਂਦੀ ਆ, ਹੁਸ਼ਿਆਰਪੁਰ ਦੇ ਇਲਾਕੇ 'ਚੋਂ, ਪਿੱਛੋਂ ਹਿਮਾਚਲ 'ਚ ਪੌਂਗ ਡੈਮ ਦੇ ਨੇੜੇ ਤੇੜੇ ਉਹ ਨਿਕਲਦੀ ਆ ਸਵਾ। ਸਵਾ ਦਾ ਪਿਛਲੇ ਦਿਨ ਮਾਈਨਿੰਗ ਮੂਨਿੰਗ ਕਰਕੇ ਵੀ ਥੋੜ੍ਹਾ ਜਿਹਾ ਮਨ ਚਰਚਾ 'ਚ ਰਹੀ ਆ। ਸਵਾ ਨਦੀ, ਬੁੱਢਾ ਦਰਿਆ ਜਿਹਨੂੰ ਬੁੱਢਾ ਨਾਲਾ ਕਹਿੰਦੇ ਆ, ਲੁਧਿਆਣੇ ਦਾ ਗੰਦਾ ਪਾਣੀ ਪੈਂਦਾ, ਜਾਂ ਵੇਈ ਨਦੀ, ਇਹ ਸਾਰੇ ਪੰਜਾਬ ਦੇ ਬਰਸਾਤੀ ਨਦੀਆਂ ਨੇ। ਇਹ ਬਰਸਾਤੀ ਨਦੀਆਂ ਜਾ ਕੇ ਵੱਡੇ ਦਰਿਆਵਾਂ ਦੇ ਵਿੱਚ ਡਿੱਗ ਪੈਂਦੀਆਂ, ਜਿਵੇਂ ਵੇਈ ਅਤੇ ਬੁੱਢਾ ਦਰਿਆ ਜਿਹੜਾ ਉਹ ਜਾ ਕੇ ਸਤਲੁਜ 'ਚ ਡਿੱਗਦੇ ਆ, ਅਤੇ ਆਹ ਵੀ ਸਵਾਂ ਵੀ ਜਾ ਕੇ ਸਤਲੁਜ 'ਚ ਡਿੱਗਦੀ ਆ। ਠੀਕ ਆ ਬਾਈ, ਬੂਟ ਚੱਕ ਲਓ ਬਾਈ। ਚੱਲੀਏ ਤੇ ਬਾਈ, ਮਿਲਣ ਦਾ ਕਰਦੀ ਰੇ, ਹੁਣ ਆਪਾਂ ਨਿੱਕਰਾਂ 'ਚ ਹੋਈਏ ਬਾਈ। ਕੋਈ ਨਾ, ਇਹੀ ਤਾਂ ਟਰੈਕਿੰਗ ਆ। ਚਲੋ ਬਾਈ, ਦੇ ਬਾਈ ਉਹ ਪੁੱਛ ਗਿਆ ਬਾਈ, ਠੀਕ ਹੈ
ਦੇਖੀ ਕਿਤੇ ਸੱਪ ਕਿਹੜਾ ਵੀ ਨਾ ਹੋਵੇ ਕੋਈ ਯਾਰ ਗਰਲ ਆਇਆ ਇਸੇ ਰਾਹੀ ਸੀ ਹਾਂਜੀ ਹਾਂਜੀ ਬਿਲਕੁਲ ਇਸੇ ਰਾਹ ਆਏ ਸੀ ਜਾ ਉਪਰਾ ਪੂਰੇ ਪ੍ਰਗਤੀ ਗਾਈ ਕਰਦੇ ਆਪਣੇ ਗੱਲ ਨਹੀਂ ਕਰਦੇ ਹਾਂਜੀ ਬਾਈ ਬਾਈ ਤੁਸੀਂ ਚੱਲੀ ਜਾਓ ਹਜੇ ਤਾਂ ਪਾਣੀ ਨਹੀਂ ਹੈਗਾ ਤਾਂ ਦਰਿਆ ਦਾ ਨਹੀਂ ਤਾਂ ਤੁਹਾਨੂੰ ਹੋਰ ਦੱਸ ਦੇਣਾ ਸੀ ਚੱਲ ਵੀ ਚੱਲ ਚੱਲ ਭਰਾਵਾ ਆ ਜਾ ਬਾਈ ਫੋਟੋ ਖਿੱਚੀ ਕੱਢ ਦੇ ਬੇਬੇ ਵਾ ਸੱਚੀ ਲੋੜ ਹੈ ਵੀ ਆ ਫਿਰਦੇ ਬਾਈ ਬਠਿੰਡੇ ਵਾਲੇ ਮੁਕਤਸਰ ਵਾਲੇ ਹੈ ਬਾਲੇ ਘੁੰਮ ਲਏ ਸੋਹਣੇ ਸੋਹਣੇ ਸ਼ਹਿਰਾਂ 'ਚ ਜਿਹੜਾ ਇਹ ਇਲਾਕਾ ਨਾ ਇਹ ਪੁਆਧ ਹੈ ਪੁਆਧ ਅਨੰਦਪੁਰ ਸਾਹਿਬ ਰੋਪੜ ਮੋਰਿੰਡਾ ਪਟਿਆਲੇ ਦਾ ਕੁਛ ਇਲਾਕਾ ਇਹ ਸਾਰੇ ਦਾ ਸਾਰਾ ਪੁਆਧ ਆ ਵੈਸੇ ਇਹਨਾਂ ਗੱਲਾਂ ਦੀ ਕੋਈ ਪੱਕੀ ਲੀਕ ਨਹੀਂ ਹੁੰਦੀ ਵੀ ਇੱਥੋਂ ਪੁਆਧ ਸ਼ੁਰੂ ਹੁੰਦਾ ਦੁਆਬਾ ਚੱਲ ਦੁਆਬੇ ਤਾਂ ਹੈਗਾ ਕਿਉਂਕਿ ਦਰਿਆ ਇਹਦੀ ਪੁਆਧ ਦੀ ਐਂ ਇੱਥੋਂ ਬੋਲੀ ਸ਼ੁਰੂ ਹੁੰਦੀ ਆ ਇਹ ਬਾਈ ਹੁਣੀ ਕਹਿੰਦੇ ਵੀ ਸਾਨੂੰ ਇੱਥੋਂ ਦੇ ਕਹਿਣ ਦੇਣ ਕੋਈ ਪੜ੍ਹੇ ਲਿਖੇ ਵੀ ਇਹ ਦੁਆਬੇ 'ਚ ਹੈ ਪਰ ਨਹੀਂ ਇਹ ਸਵਾਦ ਆ ਬਾਕੀ ਸਾਰੀਆਂ ਗੱਲਾਂ ਜਿੰਨੀਆਂ ਆਪਾਂ ਕਰੀ ਜਾਂਦੇ ਹਾਂ ਇਹ ਵੀ ਨਹੀਂ ਹੁੰਦਾ ਕਿ ਸਾਰੀਆਂ ਸਾਰੀਆਂ ਸਾਡੀਆਂ ਸਹੀ ਹੋਣ ਕਿਉਂਕਿ ਜਾਣਕਾਰੀ ਇੱਧਰ ਉੱਧਰ ਇਕੱਠੀ ਹੁੰਦੀ ਆ ਜੇ ਕੋਈ ਗਲਤ ਵੀ ਹੋਏ ਤਾਂ ਸੁਧਾਰ ਦਿਓ ਠੀਕ ਹੈ ਬਾਈ ਠੀਕ ਹੈ ਨਾ ਬਾਈ ਓਕੇ ਨਹੀਂ ਬਾਬਾ ਮੈਨੂੰ ਇਹ ਦੱਸੋ ਜਦੋਂ ਹੁਣ ਖੇਤਾਂ 'ਚ ਪਾਣੀ ਭਰ ਜਾਂਦਾ ਹਾਂਜੀ ਫਿਰ ਖੇਤ ਗੇੜਾ ਗੂੜਾ ਮਾਰਨਾ ਪੈਂਦਾ ਕੁਛ ਕਰਨਾ ਤਾਂ ਹੁੰਦਾ ਹੀ ਆ ਕਿਵੇਂ ਆਉਣੇ ਹੋ ਫਿਰ ਇੱਧਰ ਨੂੰ ਬਾਈ ਸਾਡਾ ਨਾ ਇੱਥੇ ਮਤਲਬ ਕਿ ਆਮ ਹੀ ਮਤਲਬ ਕਿ ਚਾਹੇ ਉਹ ਲੇਡੀਜ਼ ਨੇ ਚਾਹੇ ਉਹ ਜੈਂਟ ਮਤਲਬ ਕਿ ਬੰਦੇ ਨੇ ਜਨਾਨੀਆਂ ਕੋਈ ਵੀ ਆ ਉਹਨਾਂ ਨੂੰ ਤਾਰੀ ਆਉਂਦੀ ਆਉਂਦੀ ਆ ਸਭ ਨੂੰ ਤੈਰਨਾ ਆਉਂਦਾ ਨਹੀਂ ਆਉਂਦਾ ਮਤਲਬ ਕਿ ਸਾਡੇ ਇੱਥੇ ਪਾਣੀ ਹੁਣ ਉੱਤਰ ਗਿਆ ਨਹੀਂ ਕਿ ਤੁਹਾਨੂੰ ਇਸ ਟਾਈਮ 'ਤੇ ਸਾਡੇ ਪਿੰਡ ਦੇ ਮੁੰਡੇ ਕੁੜੀਆਂ ਛੋਟੇ ਜਿਹੜੇ ਬੱਚੇ ਆ ਉਹ ਵੀ ਤੁਹਾਨੂੰ ਦਰਿਆ 'ਚ ਮਿਲਣਗੇ ਕਿਉਂਕਿ ਇੱਥੇ ਆਮ ਖੇਤਾਂ ਵਿੱਚ ਜਾਣਾ ਪੈਂਦਾ ਹੈ ਠੀਕ ਆ ਦਰਿਆਵਾਂ ਤੋਂ ਪਾਰ ਜਿੱਦਾਂ ਖੇਤੀ ਆ ਹੁਣ ਤੁਸੀਂ ਦੇਖਿਆ ਹੁਣ ਆਪਾਂ ਦਰਿਆ ਤੋਂ ਪਾਰ ਜਾ ਕੇ ਆਏ ਬਿਲਕੁਲ ਉਹਨਾਂ ਨੂੰ ਹੁਣ ਜਿੱਦਾਂ ਮੱਕੀ ਲਾਈ ਹੋਈ ਝੋਨਾ ਲਾਇਆ ਹੋਇਆ ਤਾਂ ਜਾਣਾ ਪੈਂਦਾ ਹੈ ਤਾਂ ਉਹਦੇ ਵਾਸਤੇ ਨਾ ਆਮ ਇਹਨਾਂ ਨੂੰ ਕਿ ਮਤਲਬ ਕਿ ਤਾਰੀ ਆਉਂਦੀ ਆਉਂਦੀ ਹੈ ਸਾਰੇ ਤੈਰਨਾ ਜਾਣਦੇ ਇੱਧਰ ਨੋਰਮਲੀ ਯਾਨੀ 90% ਸਾਰੇ ਜਾਣਦੇ ਹੀ ਜਾਣਦੇ ਆ ਠੀਕ ਆ ਬਾਈ ਥੋੜੇ ਬਹੁਤ ਉਹ ਆ ਜਿਹੜੇ ਮਤਲਬ ਲਾਡਾਂ ਲੂਡਾਂ ਰੱਖੇ ਆ ਜਿਹੜੇ ਘਰ ਦੇ ਨਹੀਂ ਕੱਢਦੇ ਆ ਪਾਣੀ ਤੋਂ ਡਰਦੇ ਆ ਉਹ ਨੇ ਬਾਕੀ ਸਾਰਿਆਂ ਨੂੰ ਆਉਂਦੇ ਚਾਹੇ ਉਹ ਬਜ਼ੁਰਗ ਸਾਡੀਆਂ ਬੇਬੇ ਨੇ ਚਾਹੇ ਕੋਈ ਬੰਦੇ ਨੇ ਨਹੀਂ ਨਹੀਂ ਲੋਟ ਆ ਬਾਈ ਕਹਾਣੀ ਤਿੰਨ ਚਾਰ ਪਾਸੇ ਦਰਿਆ ਨਾਲ ਘੇਰੇ ਪਏ ਹੋ ਤੁਸੀਂ ਤੁਹਾਨੂੰ ਤੈਰਨਾ ਲਾਜ਼ਮੀ ਹੈ ਬਿਲਕੁਲ ਜੀ ਬਿਲਕੁਲ ਇਹ ਬਾਈ ਹੁਣਾਂ ਨੇ ਦੱਸਿਆ ਕਹਿੰਦੇ ਜਿਵੇਂ ਇੱਧਰ ਪਾਣੀ ਵਧੀ ਜਾਂਦਾ ਰਹਿੰਦਾ ਤਾਂ ਫਿਰ ਕੋਈ ਜਿਹੜਾ ਸਮਾਨ ਲੈ ਕੇ ਜਾਣਾ ਹੁੰਦਾ ਖੇਤ ਕੋਈ ਰੇਹ ਰੂਹ ਲੈ ਕੇ ਜਾਣੀ ਹੁੰਦੀ ਆ ਉਹ ਡਰਾਮਾ ਦੇ ਧਰ ਕੇ ਉੱਤੇ ਮਾੜਾ ਮੋਟਾ ਖਿੱਚਾ ਖਿਚਾਈ ਕਰਕੇ ਪਾਣੀ ਦੇ ਉੱਤੇ ਤੈਰ ਕੇ ਸਾਰਾ ਸਮਾਨ ਜਿਹੜਾ ਉਹ ਖੇਤਾਂ 'ਚ ਢੋਇਆ ਜਾਂਦਾ ਕਿਉਂਕਿ ਜਿਵੇਂ ਆਹ ਸਾਰੇ ਰਾਹ ਨੇ ਇਹ ਸਾਰੇ ਦੇ ਸਾਰੇ ਖੇਤਾਂ ਵਾਲੇ ਰਾਹ ਸਾਰੇ ਬੰਦ ਹੋ ਜਾਂਦੇ ਆਹ ਕਹਿ ਸਕਦੇ ਵੀ ਖੇਤਾਂ ਨੂੰ ਜਾਂਦੀ ਇਹ ਪਹੀ ਸਮਝ ਲਓ ਲੀਹਾ ਸਮਝ ਲਓ ਇਹ ਸਾਰੇ ਦੇ ਸਾਰੇ ਪਾਣੀ ਨਾਲ ਭਰੇ ਹੁੰਦੇ ਆ ਇਹ ਪੰਜਾਬ ਤੋਂ ਬਾਹਰ ਆਪਾਂ ਬਹੁਤ ਸਾਰੀਆਂ ਸਟੇਟਾਂ ਚੰਗੀ ਤਰ੍ਹਾਂ ਘੁੰਮੀਆਂ ਪੰਜਾਬ ਦੀਆਂ ਬਹੁਤ ਸਾਰੀਆਂ ਥਾਵਾਂ ਨੇ ਜਿਹੜੀਆਂ ਦੇਖਣ ਯੋਗ ਆ ਵੱਖਰੇ ਤਰ੍ਹਾਂ ਦੇ ਉੱਥੇ ਰੰਗ ਢੰਗ ਆ ਸਾਰਾ ਮਾਹੌਲ ਉੱਥੋਂ ਦੇ ਰੁੱਖ ਫਸਲਾਂ ਵੱਖੋ ਵੱਖਰਾ ਸਾਈਕਲ 'ਤੇ ਇੱਕ ਸਫ਼ਰ ਕਰਾਂਗੇ ਕਦੇ ਨਾ ਕਦੇ ਉਹ ਮਤਲਬ ਪੰਜਾਬ ਦੇ ਜਿਹੜੀਆਂ ਥਾਵਾਂ ਦੇਖਣ ਯੋਗ ਆ ਵੱਖਰੀਆਂ ਨੇ ਉਹ ਸਾਰੀਆਂ ਆਪਾਂ ਉਦੋਂ ਦੇਖਾਂਗੇ ਪਰ ਫਿਲਹਾਲ ਇੰਨਾ ਕੀ ਪੁਆਧ ਵਾਲਿਆ ਬਾਈ ਬਹੁਤ ਬਹੁਤ ਧੰਨਵਾਦ ਬਲਜਿੰਦਰ ਸਿੰਘ ਸਵਾਗਤ ਬਾਈ ਤੁਹਾਡਾ ਫਿਰ ਆਇਓ ਕਦੇ ਦੁਬਾਰਾ ਜ਼ਰੂਰ ਜ਼ਰੂਰ ਇਹ ਬਾਬਾ ਜੀ ਨੇ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਸੀਗਾ ਕਹਿੰਦੇ ਵੀਰੇ ਵੀ ਜਦੋਂ ਇੱਧਰ ਆਏ ਤਾਂ ਸਾਨੂੰ ਟੱਕਰਿਓ ਅਤੇ ਅਸੀਂ ਚੰਡੀਗੜ੍ਹ ਵੱਲ ਆਏ ਸੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਨ ਆਉਣਾ ਸੀ ਤਾਂ ਕਰਕੇ ਫਿਰ ਹੁਣ ਨੇੜੇ ਸੀ ਤਾਂ ਵੀਰ ਹੁਣਾਂ ਨੂੰ ਆਪਾਂ ਮਿਲ ਚੱਲੇ ਠੀਕ ਹੈ ਬਾਈ ਜੀ ਓਕੇ ਵੀਰੇ